ਬਾਈ ਜੀ ਤਾਂ ਹੀ ਮੈਂ ਕਹਿ ਰਿਹਾ ਸੀਗਾ ਫੋਰਚੂਨਰ ਕਿੰਗ, ਕਿਉਂਕਿ ਪਹਿਲਾਂ ਤਾਂ ਆਪਾਂ ਕਿੰਨੀਆਂ ਕੁ ਫੋਰਚੂਨਰ ਦਿਖਾਈਆਂ ਨੇ, ਹਲੇ ਵੀ ਹੋਰ ਗੱਡੀਆਂ ਖੜੀਆਂ ਨੇ ਫੋਰਚੂਨਰ ਦੇ ਵਿੱਚ। ਸਾਡਾ ਬਾਈ ਸਿੰਬਲ ਸਕੋਰ ਬਹੁਤ ਵਧੀਆ ਆ, ਫਿਰ 3 ਦੇ ਵਿੱਚ 3 ਲੱਖ ਰੁਪਏ ਨਾਲ ਵੀ ਲੋਨ ਕਰਾ ਦਾਂਗੇ, 3 ਦੇ ਵਿੱਚ ਵੀ ਕਰਵਾ ਦੋਗੇ। ਵਧੀਆ ਲੈ ਆਓ ਜੀ, 2.5 ਲੱਖ ਰੁਪਏ ਲੈ ਲਿਓ, ਬਾਕੀ ਲੋਨ ਕਰਾ ਦਾਂਗੇ ਜੀ। ਕੀ ਬਾਤ ਹੈ, ਕ੍ਰਿਕਟਰ ਦੀ ਗੱਡੀ ਹੈ ਔਰ ਉਹਨਾਂ ਨੇ ਓਨੇ ਹੀ ਵਧੀਆ ਤਰੀਕੇ ਨਾਲ ਰੱਖੀ ਹੋਈ ਕਾਰ ਹੈ। ਅੱਛਾ ਜੀ, ਤੇ ਫੁੱਲੀ ਹਾਰਡ ਟੌਪ ਕੀਤੀ ਹੋਈ ਹੈ। ਹਾਂ, ਫਰਸਟ ਓਨਰਸ਼ਿਪ 2016 ਮਾਡਲ ਹੈ। ਅੱਛਾ ਜੀ, ਤੇ ਤੁਸੀਂ ਅੰਦਰੋਂ ਵੀ ਇੱਕ ਵਾਰੀ ਕਾਰ ਦਿਖਾਓ, 4 ਸੀਟਰ ਕਾਰ ਬਣਾਈ ਹੋਈ ਹੈ, ਸੀਟਾਂ ਵਗੈਰਾ ਐਵਰੀਥਿੰਗ ਸਾਰਾ ਕੁਝ ਚੇਂਜ ਕੀਤਾ। ਸਤਿ ਸ਼੍ਰੀ ਅਕਾਲ ਜੀ, ਬਹੁਤ ਬਹੁਤ ਸਵਾਗਤ ਹੈ ਤੁਹਾਡਾ ਸਾਡੇ ਇੱਕ ਨਵੇਂ ਕੰਟੈਂਟ ਦੇ ਵਿੱਚ। ਅਸੀਂ ਹੈਗੇ ਜੀ ਨਕੋਦਰ ਦੇ ਵਿੱਚ, ਤੇ ਨਕੋਦਰ ਦੇ ਵਿੱਚ ਸਾਡੇ ਫੇਵਰਿਟ ਨੇ ਜੀ ਯੈਲੋ ਮੋਟਰ ਤੋਂ ਮਨਦੀਪ ਬਾਈ। ਕੀ ਕੁਝ ਗੱਡੀਆਂ ਖੜੀਆਂ ਨੇ ਤੇ ਉਹ ਗੱਡੀਆਂ ਅਸੀਂ ਤੁਹਾਨੂੰ ਇਸ ਵੀਡੀਓ ਦੇ ਵਿੱਚ ਦਿਖਾਵਾਂਗੇ ਜਿਹਦੀ ਕਿ ਲੰਬੀ ਵੇਟਿੰਗ ਚੱਲਦੀ ਹੈ, ਲੇਕਿਨ ਇੱਥੇ ਤੁਹਾਨੂੰ ਉਹ ਗੱਡੀ ਅਵੇਲੇਬਲ ਹੋ ਜੂਗੀ। ਕਾਫੀ ਕੁਝ ਵੈਰਾਈਟੀ ਦੇ ਵਿੱਚ ਗੱਡੀਆਂ ਇੱਥੇ ਅਵੇਲੇਬਲ ਨੇ ਜੀ, ਜਿੱਦਾਂ ਹੁੰਡਾਈ ਦੇ ਵਿੱਚ ਅਗਰ ਤੁਸੀਂ ਕ੍ਰੈਟਾ ਵੈਨਿਊ ਵਗੈਰਾ ਦੇਖ ਰਹੇ ਹੋ ਤੇ ਉਹ ਆਪਸ਼ਨ ਤੁਹਾਨੂੰ ਵਰਨਾ ਵੀ ਇੱਥੇ ਮਿਲ ਜੂਗੀ। ਉਸ ਤੋਂ ਬਾਅਦ ਕੀਆ ਦੀ ਸੈਲਟੋਸ ਵਗੈਰਾ ਮਿਲ ਜੂਗੀ। ਫੋਰਚੂਨਰ ਕਿੰਗ ਤਾਂ ਬਾਈ ਜੀ ਹੈਗੇ ਹੀ ਆ। ਬਾਈ ਜੀ ਰਾਮ ਰਾਮ, ਸਤਿ ਸ਼੍ਰੀ ਅਕਾਲ, ਕੀ ਹਾਲ ਚਾਲ ਹੈ? ਰਾਮ ਰਾਮ, ਸਤਿ ਸ਼੍ਰੀ ਅਕਾਲ ਭਾਜੀ, ਬਹੁਤ ਵਧੀਆ, ਤੁਸੀਂ ਸੁਣਾਓ ਜੀ? ਮਨਦੀਪ ਬਾਈ, ਬਹੁਤ ਬਹੁਤ ਸਵਾਗਤ ਹੈ ਤੁਹਾਡਾ। ਥੈਂਕ ਯੂ ਭਾਈ, ਥੈਂਕ ਯੂ। ਇੱਕ ਵਾਰ ਫਿਰ ਤੋਂ ਭਾਜੀ ਚੱਕਵਾਂ ਜਾਂ ਸਟਾਕ ਤੋਂ ਹੀ ਲੈ ਕੇ ਆ ਗਏ ਹਾਂ। ਬਿਲਕੁਲ ਭਾਜੀ, ਤੇ ਬਾਈ ਜੀ ਸਾਡੀ ਫੈਮਿਲੀ ਵੱਡੀ ਹੋ ਰਹੀ ਹੈ ਹਨਾ, YouTube ਦੇ ਉੱਤੇ, Facebook ਤੇ, Insta ਦੇ ਉੱਤੇ ਵੀ ਅਸੀਂ ਵਧੀਆ ਗਰੋ ਕਰ ਰਹੇ ਹਾਂ। ਤੇ ਫੈਸਿਲਿਟੀਜ਼ ਭਾਜੀ ਜਿਹੜੇ ਸਾਡੇ ਨਵੇਂ ਸਬਸਕ੍ਰਾਈਬਰ ਤੇ ਫੋਲੋਅਰ ਜੁੜੇ ਆ ਉਹਨਾਂ ਤੱਕ ਅਸੀਂ ਆਪਣਾ ਜਿਹੜਾ ਕ੍ਰਾਈਟੇਰੀਆ ਆ ਤੇ ਕੀ ਕੁਝ ਆਪਾਂ ਆਫਰ ਕਰਦੇ ਆ ਉਹ ਇੱਕ ਵਾਰ ਦੱਸ ਦਿੰਦੇ। ਸਾਡੀ ਸਭ ਤੋਂ ਵੱਡੀ ਫੈਕਲਟੀਜ਼ ਤਾਂ ਇਹੀ ਆ ਭਾਈ, ਤੁਸੀਂ ਆਪਣਾ ਇੱਕ ਮਾਈਂਡ ਸੈਟਅਪ ਕਰਕੇ ਆਓ ਵੀ ਅਸੀਂ ਕਾਰ ਲੈਣੀ ਹੈ। ਹਾਂ, ਤੁਹਾਨੂੰ ਬਾਕੀ ਸਾਰੀ ਫੈਕਲਟੀਜ਼ ਇੱਥੇ ਮਿਲ ਜਾਏਗੀ, ਤੁਹਾਡੀ ਗੱਡੀ ਦਾ ਲੋਨ ਵੀ ਇੱਥੇ ਕਰਵਾ ਦਿੱਤਾ ਜਾਊਗਾ, ਤੁਹਾਡੀ ਗੱਡੀ ਟ੍ਰਾਂਸਫਰ ਵੀ ਇੱਥੋਂ ਕਰਵਾ ਦਿੱਤੀ ਜਾਊਗੀ, ਤੁਹਾਡੀ ਗੱਡੀ ਦੀ ਇੰਸ਼ੋਰੈਂਸ ਤੱਕ ਵੀ ਇੱਥੋਂ ਕਰਵਾ ਕੇ ਦੇਵਾਂਗੇ। ਅੱਛਾ ਜੀ, ਸਾਰਾ ਕੁਝ ਸਾਰਾ ਕੁਝ ਅੰਡਰ ਵਨ ਰੂਫ ਹੋ ਜਾਊਗਾ ਆਪਣੇ ਕੋਲ, ਕੋਈ ਕਾਊਂਟਰ ਤੋਂ ਦੇਵਾਂਗੇ। ਅੱਛਾ ਮਨਦੀਪ ਭਾਈ, ਇੱਕ ਚੀਜ਼ ਇਹ ਹੁੰਦੀ ਹੈ ਕਿ ਡਾਕੂਮੈਂਟੇਸ਼ਨ ਵਗੈਰਾ ਦੇ ਵਿੱਚ ਹਨਾ ਵੀ ਬਹੁਤ ਜ਼ਿਆਦਾ ਹੁੰਦਾ ਹੈ ਕਿ ਵੀ ਡਾਕੂਮੈਂਟੇਸ਼ਨ ਕਹਿ ਤਾਂ ਦਿੰਦੇ ਆ ਵੀ ਅਵੇਲੇਬਲ ਨਹੀਂ ਹੋ ਪਾਉਂਦੇ, ਤੇ ਤੁਸੀਂ ਇਹਦੀ ਕਿੱਦਾਂ ਕਿ ਵਾਰੰਟੀ ਲੈਂਦੇ ਹੋ? ਭਾਜੀ ਡਾਕੂਮੈਂਟੇਸ਼ਨ ਦੀ ਤਾਂ 10 ਸਾਲ ਤੱਕ ਦੀ ਵੀ ਗਾਰੰਟੀ ਹੋਏਗੀ ਤੁਹਾਨੂੰ, 10 ਸਾਲ ਤੋਂ ਬਾਅਦ ਦੀ ਵੀ ਗਾਰੰਟੀ ਹੋਏਗੀ ਵੀ ਤੁਸੀਂ ਅਸੀਂ ਵਿਦਆਊਟ ਟ੍ਰਾਂਸਫਰ ਭਾਜੀ ਗੱਡੀ ਨਹੀਂ ਕੋਈ ਵੇਚਦੇ। ਅੱਛਾ, ਸਾਡੇ ਕਾਊਂਟਰ ਤੇ ਕਸਟਮਰ ਉਹੀ ਆਵੇ ਜਿਹਨੇ ਗੱਡੀ ਆਪਣੇ ਨਾਮ ਤੇ ਕਰਵਾਣੀ ਹੈ। ਅੱਛਾ, ਅਦਰਵਾਈਜ਼ ਅਸੀਂ ਕਸਟਮਰ ਨੂੰ ਡੀਲ ਹੀ ਨਹੀਂ ਕਰਦੇ ਭਾਈ ਜਿਹਨੇ ਗੱਡੀ ਆਪਣੇ ਨਾਮ ਤੇ ਨਹੀਂ ਕਰਵਾਣੀ। ਠੀਕ ਹੈ, ਵਿਦਆਊਟ ਵੀ ਐਨਓਸੀ ਟ੍ਰਾਂਸਫਰ ਵਗੈਰਾ ਕੁਝ ਇਦਾਂ ਦੇ? ਐਨਓਸੀ ਵਾਲਾ ਸਿਸਟਮ ਹੀ ਨਹੀਂ ਭਾਜੀ, ਅਸੀਂ ਗੱਡੀ ਹੀ ਟ੍ਰਾਂਸਫਰ ਕਰਵਾ ਕੇ ਦੇਵਾਂਗੇ ਜਿਹਦੇ ਨਾਮ। ਅੱਛਾ ਜੀ, ਬਿਲਕੁਲ, ਓਨਰ ਦੇ ਨਾਂ ਤੇ ਹੈ ਨਾ ਗੱਡੀ ਟ੍ਰਾਂਸਫਰ? ਹਾਂਜੀ ਹਾਂਜੀ ਹਾਂਜੀ, ਬਿਲਕੁਲ ਭਾਜੀ। ਠੀਕ ਹੈ, ਤੇ ਡਾਕੂਮੈਂਟ ਜਿੱਦਾਂ ਤੁਸੀਂ ਕਹਿ ਰਹੇ ਹੋ ਕਿ ਵੀ ਆਓ ਡਾਕੂਮੈਂਟ ਦੀ ਪੂਰੀ ਤਸੱਲੀ ਕਰੋ, ਗੱਡੀ ਦੀ ਪੂਰੀ ਤਸੱਲੀ ਕਰੋ, ਉਸ ਤੋਂ ਬਾਅਦ ਤੁਸੀਂ ਹੈ ਨਾ ਭਾਜੀ ਗੱਡੀ ਦੀ ਵੀ ਗਾਰੰਟੀ ਹੋਏਗੀ, ਡਾਕੂਮੈਂਟੇਸ਼ਨ ਦੀ ਵੀ ਹੀ ਗਾਰੰਟੀ ਹੋਏਗੀ ਨਾਲ। ਤੇ ਮਨਦੀਪ ਭਾਈ, ਕਿਉਂਕਿ ਆਪਾਂ ਫੋਰਚੂਨਰ ਕਿੰਗ ਦੇ ਕੋਲੇ ਗਏ ਆ ਤੇ ਸ਼ੁਰੂਆਤ ਆਪਾਂ ਫੋਰਚੂਨਰ ਤੋਂ ਕਰਾਂਗੇ ਅੱਜ। ਬਿਲਕੁਲ ਭਾਜੀ, ਫੋਰਚੂਨਰ ਸਟਾਰਟ ਕਰਦੇ ਫੋਰਚੂਨਰ। ਮਨਦੀਪ ਭਾਈ ਜੀ, ਸਭ ਤੋਂ ਪਹਿਲਾਂ ਆਪਣੇ ਕੋਲ ਫੋਰਚੂਨਰ ਤੇ ਲਿਸ਼ਕਦੀ ਹੋਈ ਫੋਰਚੂਨਰ ਖੜੀ ਆ, ਐਗਜ਼ੈਕਟ ਕਲਰ ਕਿਹੜਾ ਹੋ ਜਾਂਦਾ ਭਾਈ ਜੀ ਇਹਦਾ? ਇਹ ਭਾਜੀ ਗ੍ਰੇ ਕਲਰ ਹੈ ਜੀ। ਠੀਕ ਹੈ ਜੀ, ਤੇ ਕੀ ਸਪੈਸੀਫਿਕੇਸ਼ਨ ਹੈ ਤੇ ਕੀ ਡੀਲ? ਫਸਟ ਓਨਰ ਹੈ ਜੀ, 90,000 ਚੱਲੀ ਆ, ਕੰਪਨੀ ਰਿਕਾਰਡ ਨਾਲ ਚੱਲੀ ਕਾਰ ਹੈ ਜੀ। ਠੀਕ ਹੈ ਜੀ, ਆਲ ਓਰੀਜਨਲ ਕਾਰ ਹੈ ਜੀ। ਹਾਂ, 4x4 ਆਟੋਮੈਟਿਕ। ਅੱਛਾ ਜੀ, ਤੁਹਾਨੂੰ 4x2 ਤਾਂ ਬਹੁਤ ਮਿਲ ਜਾਣਗੀਆਂ, 4x4 ਬਹੁਤ ਘੱਟ ਮਿਲੇਗੀ ਤੇ ਨਾਲ ਦੇ ਨਾਲ ਆਟੋਮੈਟਿਕ ਜੀ। ਆਟੋਮੈਟਿਕ ਜੀ, 4x4 ਆਟੋਮੈਟਿਕ ਫਸਟ ਓਨਰਸ਼ਿਪ। ਤੇ ਬਾਈ ਜੀ ਇੱਕ ਚੀਜ਼ ਹੋਰ ਖੂਬਸੂਰਤ ਹੈ ਕਿ ਟਾਇਰ ਵਗੈਰਾ ਦੀ ਅਗਰ ਕੰਡੀਸ਼ਨ? ਬਿਲਕੁਲ ਬਾਈ, ਟਾਇਰ ਬ੍ਰਿਟਸਟੋਨ ਦੇ ਚਾਰੋਂ ਨਵੇਂ ਲੱਗੇ ਹੋਏ ਆ ਜੀ। ਅੱਛਾ ਜੀ, ਸਟਿਪਨੀ ਤੱਕ ਨਵੀਂ ਮਿਲੇਗੀ ਤੁਹਾਨੂੰ ਕਾਰ ਦੀ ਜੀ। ਠੀਕ ਹੈ ਜੀ, ਤੇ ਡਾਕੂਮੈਂਟ ਵਗੈਰਾ ਪੂਰੇ ਸਾਰਾ ਕੁਝ ਰੈਡੀ ਹੈ, ਟ੍ਰਾਂਸਫਰ ਕਰਵਾ ਕੇ ਦੇਵਾਂਗੇ ਜੀ ਤੁਹਾਡੇ ਨਾਮ ਤੇ ਗੱਡੀ। ਅੱਛਾ ਜੀ, ਤੇ ਬਾਈ ਜੀ ਇਹਦੇ ਰੇਟ ਦੇ ਬਾਰੇ ਜੇਕਰ ਆਪਾਂ ਗੱਲ ਕਰੀਏ? ਭਾਈ ਰੇਟ ਦੇ ਬਾਰੇ ਸਾਨੂੰ ਕੀ ਕਰਨਾ ਪਏਗਾ? ਉਹਦੇ ਲਈ ਤੁਹਾਨੂੰ ਸਾਡੇ ਜਿਹੜੇ ਨੰਬਰ ਡਿਸਪਲੇ ਹੋ ਰਿਹਾ ਉਹਦੇ ਤੇ ਤੁਹਾਨੂੰ ਕਾਲ ਕਰਨੀ ਪਏਗੀ। ਅੱਛਾ ਜੀ, ਠੀਕ ਹੈ ਜੀ, ਠੀਕ ਹੈ, ਉਹਦੇ ਤੇ ਕਾਲ ਕਰੋ, WhatsApp ਤੇ ਮੈਸੇਜ ਕਰੋ, ਤੁਹਾਨੂੰ ਐਗਜ਼ੈਕਟ ਰੇਟ ਮਿਲ ਜਾਏਗਾ। ਉਸ ਤੋਂ ਬਾਅਦ ਆ ਗਈ ਭਾਈ ਜੀ ਆਪਣੇ ਕੋਲ ਇਹ ਸਿਲਵਰ, ਇਹ 2017 ਮਾਡਲ, 4x4 ਆਟੋਮੈਟਿਕ ਹੈ ਵੀ ਜੀ। ਇਹ ਵੀ 4x4, ਇਹ ਵੀ 4x4 ਆਟੋਮੈਟਿਕ ਦੇ ਦਾਂਗੇ ਜੀ। ਸਿਲਵਰ ਕਲਰ ਹੈ, ਇਹ ਵੀ ਫਸਟ ਓਨਰਸ਼ਿਪ ਹੈ ਜੀ। ਤੇ ਕਿੰਨੇ ਕੁ ਭਾਈ ਚੱਲੀ ਹੋਈ ਹੈ? ਹਾਂਜੀ, ਚੱਲੀ ਇਹ 1 ਲੱਖ ਕਿਲੋਮੀਟਰ ਚੱਲੀ ਹੈ, ਇਹ 1 ਲੱਖ ਚੱਲੀ ਹੈ, ਇਹ 1 ਲੱਖ ਚੱਲੀ ਹੈ ਜੀ। ਤੇ ਕਿਉਂਕਿ ਟੋਇਟਾ ਬ੍ਰਾਂਡ ਹੈ, ਇੰਜਨ ਹੈ ਜ਼ਬਰਦਸਤ, ਤੇ ਭਾਈ ਲੱਖ ਤੇ ਬਾਤ ਹੈ, ਜਿੱਦਾਂ ਵੀ ਕਹਿੰਦੇ ਵੀ ਆਪਣੇ ਇਹਦੇ ਇੰਜਨ ਨੂੰ ਹਵਾ ਲੱਗਦੀ ਹੈ। ਤੇ ਇਹਦਾ ਵੀ ਭਾਈ ਜੀ ਹਨਾ ਜੇ ਰੇਟ ਵਗੈਰਾ ਕਿਸੇ ਸਾਡੇ ਭਰਾ ਨੇ ਲੈਣਾ ਹੈ, ਬਾਈ ਜੀ ਦਾ ਨੰਬਰ ਅਸੀਂ ਡਿਸਪਲੇ ਕਰ ਰਹੇ ਹਾਂ। ਮੈਂ ਤੁਹਾਨੂੰ ਵੈਸੇ ਦੋਨਾਂ ਗੱਡੀਆਂ ਦੇ ਵਿੱਚ ਦੱਸ ਦਵਾਂ, ਤੁਸੀਂ ਆਪਣਾ 7 ਤੋਂ 8 ਲੱਖ ਰੁਪਇਆ ਲੈ ਕੇ ਆਓ। ਅੱਛਾ ਜੀ, ਬਾਕੀ ਅਸੀਂ ਤੁਹਾਡੀ ਗੱਡੀ ਤੇ ਲੋਨ ਕਰਾਂਗੇ। ਨਵੇਂ ਸ਼ੇਪ ਦੀ ਫੋਰਚੂਨਰ ਹਨਾ ਲੈ ਕੇ ਜਾ ਸਕਦੇ ਆ, 8 ਲੱਖ ਰੁਪਇਆ ਲੈ ਆਓ, 7-8-10 ਲੱਖ ਰੁਪਇਆ ਲੈ ਆਓ। ਅੱਛਾ ਜੀ, ਗੱਡੀ ਤੇ ਲੋਨ ਕਰਵਾ ਦਾਂਗੇ ਜੀ। ਆਪਣੇ ਕੋਲ ਸਿਲਵਰ ਤਾਂ ਇਹ ਖੜੀ ਸੀ, ਉਸ ਤੋਂ ਬਾਅਦ ਵਾਈਟ ਆ ਗਈ, ਤੇ ਬਾਈ ਜੀ ਵਾਈਟ ਦੇ ਵਿੱਚ ਤੁਹਾਨੂੰ ਕਈ ਸਾਰੀ ਆਪਸ਼ਨ ਅਸੀਂ ਫੋਰਚੂਨਰ ਤੇ ਦਿਖਾਵਾਂਗੇ। ਇਹ ਕਿੰਨਾ ਮਾਡਲ ਹੈ ਭਾਈ ਜੀ? ਤੇ ਇਹ ਬੜੇ ਭਾਈ 2015 ਮਾਡਲ, ਫਸਟ ਓਨਰਸ਼ਿਪ। ਠੀਕ ਹੈ, ਤੇ 80,000
ਠੀਕ ਹੈ ਤੇ ਇੱਕ ਚੀਜ਼ ਇਹ ਵੀ ਹੋ ਜਾਂਦੀ ਹੈ ਕਿ ਅਗਰ ਫਸਟ ਓਨਰ ਹੈ ਤੇ ਤੁਹਾਡੇ ਕੋਲ ਹੈ ਨਾ ਪ੍ਰੋਪਰ ਇੱਕ ਹਿਸਟਰੀ ਆ ਜਾਂਦੀ ਹੈ ਓਨਰ ਦੀ ਹੈ ਨਾ ਤੁਹਾਡੇ ਲਈ ਵੀ ਵਧੀ ਉਸ ਤੋਂ ਬਾਅਦ ਬਾਈ ਜੀ ਇੱਕ ਹੋਰ ਆਪਣੇ ਕੋਲ ਆ ਗਈ ਫੋਰਚੂਨ ਦੇ 2014 ਮਾਡਲ ਹੈ ਜੀ ਫਸਟ ਓਨਰਸ਼ਿਪ ਹੈ ਠੀਕ ਹੈ ਜੀ 4x2 ਆਟੋਮੈਟਿਕ ਅੱਛਾ ਜੀ ਤੇ ਕਿੰਨਾ ਕੁ ਚੱਲੀ ਹੈ ਬਾਈ ਜੀ ਇਹ ਵੀ ਭਾਜੀ 70-80 ਹਜ਼ਾਰ ਦੀ ਰੇਂਜ 'ਚ ਚੱਲੀ ਗੱਡੀ ਹੈ ਜੀ ਸਾਰੀਆਂ ਗੱਡੀਆਂ ਵਿਦ ਰਿਕਾਰਡ ਚੱਲੀਆਂ ਹੋਣਗੀਆਂ ਅੱਛਾ ਮਤਲਬ ਆਪਾਂ ਏਜੰਸੀ 'ਚ ਲੈ ਆ ਕੇ ਚੈੱਕ ਕਰਵਾ ਸਕਦੇ ਹਾਂ ਡਾਕੂਮੈਂਟ ਵੀ ਚੈੱਕ ਕਰਾ ਸਕਦੇ ਹਾਂ ਉਸ ਤੋਂ ਬਾਅਦ ਜਿਹੜੇ ਭਰਾ ਨੇ ਵੀ ਇਹਦੇ ਤੇ ਬੈਸਟ ਡੀਲ ਲੈਣੀ ਹੈ ਬਾਈ ਜੀ ਦਾ ਨੰਬਰ ਆਪਾਂ ਡਿਸਪਲੇ ਕਰ ਰਹੇ ਹਾਂ ਤੁਸੀਂ ਕਾਲ ਕਰਕੇ ਜਾਣਕਾਰੀ ਲੈ ਸਕਦੇ ਹੋ ਉਸ ਤੋਂ ਬਾਅਦ ਇੱਕ ਹੋਰ ਫੋਰਚੂਨਰ ਆ ਗਈ ਭਾਜੀ ਇਹ ਵੀ ਵੱਡੇ ਭਾਈ 2014 ਮਾਡਲ ਹੀ ਹੈ ਜੀ ਫਸਟ ਓਨਰਸ਼ਿਪ ਹੈ ਠੀਕ ਹੈ ਤੇ ਕਿੰਨਾ ਕੁ ਚੱਲੀ ਹੈ ਭਾਜੀ ਇਹ ਵੀ ਲੱਖ ਦੇ ਲਾਗੇ ਛਾਗੇ ਚੱਲੀ ਜੀ ਲੱਖ ਦੇ ਲਾਗੇ ਛਾਗੇ ਚੱਲੀ ਸਿੰਗਲ ਓਨਰ ਕਾਰ ਹੈ ਜੀ ਤੁਹਾਡੇ ਨਾਮ ਤੇ ਕਰਵਾ ਕੇ ਦੇਵਾਂਗੇ ਪੰਜਾਬ ਨੰਬਰ ਲਗਵਾ ਕੇ ਦੇਵਾਂਗੇ ਪੈਸੇ ਡਾਊਨ ਪੇਮੈਂਟ ਲਈ ਕਿੰਨਾ ਕੁ ਲੈ ਕੇ ਆ ਜੀ ਇਹ 5 ਲੱਖ ਰੁਪਏ ਲੈਓ ਭਾਜੀ ਠੀਕ ਹੈ ਤੇ ਪੈਨ ਪੰਜਾਬ ਭਾਜੀ ਹੈ ਸਾਡਾ ਲੋਨ ਹਾਂਜੀ 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 ਠੀਕ ਹੈ ਪੰਜਾਬ ਪੂਰੇ ਕਿਤੇ ਵੀ ਕੋਈ ਵੀ ਹੋਵੇ ਜੀ ਹਾਂ ਕਰਵਾ ਦਾਂਗੇ ਲੋਨ ਤੇ ਜਿਹੜੇ ਸਾਡੇ ਨਵੇਂ ਸਬਸਕ੍ਰਾਈਬਰ ਜਾਂ ਫੋਲੋਅਰ ਜੁੜੇ ਆ ਬਾਈ ਜੀ ਤਾਂ ਹੀ ਮੈਂ ਕਹਿ ਰਿਹਾ ਸੀਗਾ ਫੋਰਚੂਨਰ ਕਿਉਂਕਿ ਪਹਿਲਾਂ ਤਾਂ ਆਪਾਂ ਕਿੰਨੀਆਂ ਕੁ ਫੋਰਚੂਨਰ ਦਿਖਾਈਆਂ ਨੇ ਹਲੇ ਵੀ ਹੋਰ ਗੱਡੀਆਂ ਖੜੀਆਂ ਨੇ ਫੋਰਚੂਨਰ ਦੇ ਵਿੱਚ ਬਾਈ ਜੀ ਇੱਕ ਹੋਰ ਡੀਲ ਤੁਹਾਡੇ ਕੋਲ ਹੈ ਇਹ ਬਾਈ ਜੀ ਥੋੜਾ ਜਿਹਾ ਕ੍ਰੀਮੀ ਕਲਰ ਆ ਜਾਂਦਾ ਵਾਈਟ ਦੇ ਵਿੱਚ ਹਾਂਜੀ ਇਹ ਪਰਲ ਵਾਈਟ ਕਲਰ ਹੈ ਜੀ 2013 ਮਾਡਲ ਹੈ ਫਸਟ ਓਨਰਸ਼ਿਪ ਹੈ ਇਹ ਵੀ ਆਟੋਮੈਟਿਕ ਕਾਰ ਹੈ ਜੀ ਅੱਛਾ ਜੀ ਇਹਦੇ ਲਈ ਵੀ ਤੁਸੀਂ 4 ਲੱਖ ਰੁਪਏ ਲਿਓ ਬਾਕੀ ਸਾਰਾ ਗੱਡੀ ਤੇ ਲੋਨ ਕਰਵਾ ਦਾਂਗੇ 4 ਲੱਖ ਰੁਪਈਆ ਲਿਓ ਬਾਕੀ ਲੋਨ ਬਾਕੀ ਲੋਨ ਹੋ ਜਾਊਗਾ ਤੇ ਡਾਊਨ ਪੇਮੈਂਟ ਦੇ ਵਿੱਚ ਤੁਸੀਂ ਹਨਾ ਵੀ 1 ਲੈ ਕੇ ਜਾ ਸਕਦੇ ਹੋ ਹਾਂਜੀ ਤੇ ਫੋਰਚੂਨਰ ਇਹਦੇ ਵੀ ਟਾਇਰ ਵਗੈਰਾ ਬਈ ਜੀ ਹਨਾ ਜੇ ਆਪਾਂ ਦੇਖੀਏ ਬਿਲਕੁਲ ਭਾਈ ਯੋਕੋਹਾਮਾ ਦੇ 4 ਟਾਇਰ ਨਵੇਂ ਆ ਸਾਡੇ ਕੋਲ ਕੋਈ ਵੀ ਕਾਰ ਲੈ ਜਾਓ ਭਾਈ ਤੁਹਾਨੂੰ ਕਿਸੇ ਕਾਰ ਦੇ ਉੱਤੇ ਹਾਂ ਵਿਦਆਊਟ ਡੀਜ਼ਲ ਕੋਈ ਪੈਸਾ ਨਹੀਂ ਲਾਣਾ ਪਏਗਾ ਜੀ ਅਸੀਂ ਸਰਵਿਸ ਤੱਕ ਗੱਡੀ ਦੀ ਕਰਵਾ ਕੇ ਦੇਈਦੀ ਹੈ ਅੱਛਾ ਜੀ ਬਿਲਕੁਲ ਭਾਜੀ ਵੀ ਤੁਸੀਂ ਆਪਣੀ ਟੈਂਕੀ ਫੁੱਲ ਕਰਾਓ ਤੇ ਗੱਡੀ ਚਲਾਓ ਆਰਾਮ ਠੀਕ ਹੈ ਉਸ ਤੋਂ ਬਾਅਦ ਭਾਈ ਜੀ ਇੱਕ ਹੋਰ ਆਪਣੇ ਕੋਲ ਹੈ ਸਿੰਗਲ ਮੈਨੂਅਲ ਖੜੀ ਸਿਰਫ ਕਾਰ ਮੇਰੇ ਕੋਲ 2013 ਮਾਡਲ ਅੱਛਾ ਜੀ ਇਹ ਮੈਨੂਅਲ ਦੇ ਵਿੱਚ ਖੜੀ ਹੈ ਜੀ 4x2 ਮੈਨੂਅਲ ਠੀਕ ਹੈ ਜੀ ਤੇ ਕਿੰਨਾ ਕੁ ਚੱਲੀ ਹੈ ਭਾਜੀ ਇਹ ਵੀ ਲੱਖ ਦੇ ਲੱਗੇ ਛੱਗੇ ਚੱਲੀ ਕਾਰ ਭਾਜੀ ਠੀਕ ਹੈ ਤੇ ਇਹਦੇ ਉੱਤੇ ਕਿੰਨਾ ਕੁ ਪੈਸਾ ਲਿਆ ਜੀ ਉਹੀ 3-4 ਲੱਖ ਰੁਪਏ ਲਿਆ ਸਾਡਾ ਭਾਈ ਸਿੰਬਲ ਸਕੋਰ ਬਹੁਤ ਵਧੀਆ ਆ ਫਿਰ 3 ਦੇ ਵਿੱਚ 3 ਲੱਖ ਰੁਪਏ ਨਾਲ ਵੀ ਲੋਨ ਕਰਾ ਦਾਂਗੇ 3 ਦੇ ਵਿੱਚ ਵੀ ਕਰਵਾ ਦੋਗੇ ਠੀਕ ਹੈ ਭਾਈ ਜੀ ਉਸ ਤੋਂ ਬਾਅਦ ਇੱਕ ਹੋਰ ਆਪਣੇ ਕੋਲ ਫੋਰਚੂਨਰ ਆ ਗਈ ਇਹ ਕਿੰਨਾ ਕੁ ਚੱਲੀ ਹੈ ਭਾਈ ਜੀ ਇਹ ਭਾਈ ਲੋਕਲ ਨੰਬਰ ਪੰਜਾਬ ਦਾ ਫਸਟ ਓਨਰਸ਼ਿਪ 2012 ਮਾਡਲ ਹੈ ਜੀ ਇਹ ਜਲੰਧਰ ਦਾ ਨੰਬਰ ਹੈ ਭਾਈ ਹਾਂਜੀ ਜਲੰਧਰ ਨੰਬਰ ਹੈ ਜੀ ਠੀਕ ਹੈ ਜੀ ਤੇ ਇਹ ਵੀ ਕਾਰ ਤੁਹਾਨੂੰ 3 ਲੱਖ ਰੁਪਏ ਦੇ ਨਾਲ ਬਾਕੀ ਲੋਨ ਕਰਵਾ ਕੇ ਦੇ ਦਾਂਗੇ ਜੀ ਅੱਛਾ ਜੀ ਉਹਦੇ ਉੱਤੇ ਹਨਾ ਤੇ ਓਨਰ ਭਾਜੀ ਇਹਦਾ ਬਾਕੀ ਤੁਸੀਂ ਹਰ ਗੱਡੀ ਦਾ ਜਿਹੜੀ ਦਾ ਵੀ ਰੇਟ ਲੈਣਾ ਆ ਅਸੀਂ ਤੁਹਾਨੂੰ ਨੰਬਰ ਦੇ ਰਹੇ ਹਾਂ ਨੀਚੇ ਤੁਸੀਂ ਉਹਦੇ ਤੇ ਕਾਲ ਕਰੋ ਤੇ ਮੁੰਡਿਆਂ ਨੂੰ WhatsApp ਕਰੋ ਨੰਬਰ ਕਾਲ ਕਰੋ ਜੋ ਮਰਜ਼ੀ ਕਰੋ ਭਾਜੀ ਤਾਨੂੰ ਉਹਦੇ ਤੇ ਭਾਜੀ ਨੰਬਰ ਮੇਰਾ ਸਕਰੀਨਸ਼ਾਟ ਤੁਸੀਂ ਲੈ ਕੇ ਹਨਾ ਸਕਰੀਨਸ਼ਾਟ ਵੀ ਭਾਈ ਜੀ ਨੂੰ WhatsApp ਤੇ ਭੇਜ ਸਕਦੇ ਹੋ ਤੇ ਵੀ ਸਾਨੂੰ ਇਸ ਗੱਡੀ ਬਾਰੇ ਜਾਣਕਾਰੀ ਲੈਣੀ ਹੈ ਉਹ ਗੱਡੀ ਦੇ ਬਾਰੇ ਤੁਹਾਨੂੰ ਜਾਣਕਾਰੀ ਪ੍ਰੋਪਰ ਤੁਹਾਨੂੰ ਦੇ ਦਿੱਤੀ ਜਾਏਗੀ ਉਸ ਤੋਂ ਬਾਅਦ ਇੱਕ ਹੋਰ ਭਾਈ ਜੀ ਆਪਣੇ ਕੋਲ ਖੜੀ ਹੈ ਇਹ 4x2 ਹੈ 4x2 ਆਟੋਮੈਟਿਕ ਹੈ ਜੀ 2012 ਮਾਡਲ ਆ ਪੰਜਾਬ ਨੰਬਰ ਫਸਟ ਓਨਰਸ਼ਿਪ ਕਾਰ ਹੈ ਵੀ ਠੀਕ ਹੈ ਜੀ ਤੇ ਜੈਨੂਅਨ 80-90 ਹਜ਼ਾਰ ਚੱਲੀ ਹੋਈ ਹੈ ਜੀ ਠੀਕ ਹੈ ਹਾਂਜੀ ਠੀਕ ਹੈ 00 ਵਾਲਾ ਨੰਬਰ ਹੈ ਜੀ ਇਹਨੂੰ ਲੱਗਾ ਅੱਛਾ 00 ਵਾਲਾ ਨੰਬਰ ਲੱਗਿਆ ਜੀ 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 ਠੀਕ ਹੈ ਤੇ ਇੱਕ ਇਹ ਵੀ ਆਪਸ਼ਨ ਹੋ ਸਕਦੀ ਆ ਉਸ ਤੋਂ ਬਾਅਦ ਬਈ ਜੀ ਆਪਣੇ ਕੋਲ ਆ ਗਈ 7-ਸੀਟਰ ਦੇ ਵਿੱਚ ਟੋਇਟਾ ਦਾ ਬੇਹਦ ਹੀ ਖੂਬਸੂਰਤ ਤੇ ਹੁਣ ਤੱਕ ਭਾਜੀ ਹਨਾ 7 ਮੈਂ ਭਾਜੀ ਨੂੰ ਕਹੂੰਗਾ ਗੱਡੀ ਦੀ ਇੱਕ ਵਾਰੀ ਪ੍ਰੋਪਰ ਤਰੀਕੇ ਨਾਲ ਨਿਗਾਹ ਮਰਵਾ ਦਿਓ ਆਲ ਓਰੀਜਨਲ 2014 ਮਾਡਲ ਬੰਪਰ ਟੂ ਬੰਪਰ ਓਰੀਜਨਲ ਕਾਰ ਹੈ ਤੇ ਬਹੁਤ ਸੋਹਣੇ ਭਾਜੀ 16 ਇੰਚ ਦੇ ਲਾਈਟ ਐਰ ਨਵੇਂ ਲੱਗੇ ਹੋਏ ਆ ਕਾਰ ਨੂੰ ਠੀਕ ਹੈ ਜੀ ਠੀਕ ਹੈ ਬਿਲਕੁਲ ਨਵੀਂ ਕਾਰ ਹੈ ਅੱਜ ਤੱਕ ਕਦੋਂ ਬੰਪਰ ਵੀ ਟਚਿੰਗ ਨਹੀਂ ਹੋਇਆ ਜੀ ਕਾਰ ਦਾ ਅੱਛਾ ਜੀ ਇਹ ਮਾਡਲ ਕਿੰਨਾ ਦੱਸਿਆ ਜੀ ਮਾਡਲ 2014 ਆ 85,000 ਕਿਲੋਮੀਟਰ ਚੱਲੀ ਆ ਵਿਦ ਕੰਪਨੀ ਰਿਕਾਰਡ ਚੱਲੀ ਆ ਤੁਸੀਂ ਮੀਟਰ ਚੈੱਕ ਕਰਵਾ ਕੇ ਵੀ ਪੈਸੇ ਦੇ ਸਕਦੇ ਤੇ ਓਨਰ ਕਿਹੜਾ ਭਾਜੀ ਹੈ ਓਨਰ ਵੀ ਸਿੰਗਲ ਹੈ ਜੀ ਸਿੰਗਲ ਓਨਰ ਨਹੀਂ ਸੌਰੀ ਸੈਕੰਡ ਓਨਰ ਹੈ ਜੀ ਅੱਛਾ ਸੈਕੰਡ ਓਨਰ ਹੈ ਤੇ ਕਿਉਂਕਿ ਕੰਡੀਸ਼ਨ ਵਾਈਜ਼ ਕਾਫੀ ਸੋਹਣੀ ਹੈ ਤੇ ਜਿਨ੍ਹਾਂ ਨੂੰ ਹਨਾ ਵੀ ਟੂਰ ਵਗੈਰਾ ਤੇ ਜਾਣਾ ਵਧੀਆ ਲੱਗਦਾ ਆ ਫੈਮਿਲੀ ਦੇ ਨਾਲ ਜਾਣਾ ਤੇ ਇਨੋਵਾ ਬਹੁਤ ਵਧੀਆ ਆਪਸ਼ਨ ਹੈ ਭਾਈ ਕਿੰਨਾ ਕੁ ਡਾਊਨ ਪੇਮੈਂਟ ਇਹਦੇ ਤੇ ਪੋਸੀਬਲ ਹੋ ਸਕਦਾ ਹੈ 2.5 ਲੱਖ ਰੁਪਏ ਲੈਓ ਜੀ 2.5 ਲੱਖ ਰੁਪਏ ਲੈ ਬਾਕੀ ਲੋਨ ਕਰਾ ਦਾਂਗੇ ਜੀ ਕੀ ਬਾਤ ਹੈ ਅੱਛਾ ਬਾਈ ਜੀ ਆਪਣੇ ਕੋਲ ਸੇਫੈਸਟ ਗੱਡੀਆਂ ਦੇ ਵਿੱਚ ਇੱਕ ਹੋਈ ਸੀ ਜਦੋਂ ਵੀ ਇਹ ਲਾਂਚ ਹੋਈ ਸੀ ਹਨਾ ਕਾਫੀ ਸੇਫਟੀ ਫੀਚਰ ਇਹਦੇ ਵਿੱਚ ਸੀਗੇ ਤੇ ਮਹਿੰਦਰਾ ਦੀ XUV 5 ਉਹ ਕੀ ਡੀਲ ਦੇ ਰਹੇ ਹੋ ਕੀ ਸਪੈਸੀਫਿਕੇਸ਼ਨ 2017 ਮਾਡਲ ਹੈ ਜੀ ਸੌਰੀ 16 ਮਾਡਲ ਹੈ ਜੀ ਠੀਕ ਹੈ ਫਸਟ ਓਨਰਸ਼ਿਪ ਹੈ ਠੀਕ ਹੈ ਔਰ ਵਿਦ ਰਿਕਾਰਡ 68,000 ਚੱਲੀ ਹੈ ਸੈਕੰਡ ਓਨਰ ਕਾਰ ਹੈ ਅੱਛਾ ਜੀ ਸਨਰੂਫ ਵਾਲੀ WU10 ਜਿਹਦੇ ਚ 6-7 ਏਅਰਬੈਗ ਆਉਂਦੇ 8 ਏਅਰਬੈਗ ਅੱਛਾ ਜੀ ਹੈ 7 ਸੀਟਰ ਹਾਂਜੀ ਹਾਂਜੀ 7 ਸੀਟਰ ਜੀ ਠੀਕ ਹੈ ਤੇ ਇਹ ਵੀ ਵਧੀਆ ਰੇਟ ਚ ਗੱਡੀ ਦੇ ਦਾਂਗੇ ਇਹਦੇ ਲਈ ਵੀ ਤੁਸੀਂ 3 ਲੱਖ ਰੁਪਏ ਲੈਓ 4 ਲੱਖ ਬਾਕੀ ਸਾਰਾ ਲੋਨ ਕਰਾ ਦਾਂਗੇ ਬਾਕੀ ਲੋਨ ਹੋ ਜਾਊਗਾ ਹੋ ਜਾਏਗਾ ਜੀ ਤੇ ਡਾਕੂਮੈਂਟੇਸ਼ਨ ਭਾਜੀ ਲੋਨ ਦੇ ਆਧਾਰ ਕਾਰਡ ਪੈਨ ਕਾਰਡ ਔਰ ਚੈੱਕ ਬੁੱਕ 3 ਚੀਜ਼ਾਂ ਲੈ ਕੇ ਆਓ 3 ਚੀਜ਼ਾਂ ਲੈ ਕੇ ਆਓ ਤੇ ਲੋਨ ਕਰਵਾ ਲਓ ਤੇ ਵੈਰੀਫਿਕੇਸ਼ਨ ਕਰਕੇ ਹਨਾ ਉਹ ਤਾਂ ਸਾਰਾ ਕੁਝ ਹੋ ਜਾਏਗਾ ਜੀ ਤੁਸੀਂ ਆਪਣੀ ਗੱਡੀ ਚੈੱਕ ਕਰਾਓ ਤੇ ਅਸੀਂ ਤੁਹਾਡੇ ਡਾਕੂਮੈਂਟ ਚੈੱਕ ਕਰਾ ਕੇ ਲੋਨ ਪ੍ਰੋਪਰ ਕਰ ਲਾਂਗੇ ਬਾਈ ਜੀ ਇਹ ਥਾਰ ਤੁਸੀਂ ਕਹਿ ਰਹੇ ਸੀਗੇ ਕਿ ਜਿਹੜੇ ਆਫ ਰੋਡਰ ਲਵਰ ਹੈ ਉਹਨਾਂ ਲਈ ਤਾਂ
ਭਾਜੀ ਡੀਲ ਲਈ ਤਾਂ ਤੁਹਾਨੂੰ ਕਾਲ ਹੀ ਕਰਨੀ ਪਏਗੀ ਜੀ। ਅੱਛਾ ਜੀ, ਤੇ ਕੀ ਸਪੈਸੀਫਿਕੇਸ਼ਨ ਕਿੰਨੇ ਕੁ ਚੱਲੀ ਹੈ ਭਾਜੀ ਇਹ? ਜੈਨੂਅਨ 16-17 ਹਜ਼ਾਰ ਚੱਲੀ ਕਿਲੋਮੀਟਰ ਸਰ। ਬਸ ਇੰਨੀ। 2000 ਕਿੰਨਾ ਮਾਡਲ ਹੈ? 2016 ਮਾਡਲ ਜੀ। ਕੀ ਬਾਤ ਹੈ! ਤੇ ਭਾਜੀ ਇਹਦੇ ਤੇ ਕਿੰਨਾ ਕੁ, ਇਹਦੇ ਤੇ ਲੋਨ ਵਗੈਰਾ ਹੋ ਜਾਏਗਾ ਜੀ? ਹੋ ਜਾਏਗਾ, ਲੋਨ ਤਾਂ ਕਿਸੇ ਕਾਰ ਦੇ ਵੀ ਕਰਵਾ ਲਓ ਜੀ, ਲੋਨ ਕਰਵਾ ਕੇ ਦੇਵਾਂਗੇ ਕਾਰ। ਠੀਕ ਹੈ ਭਾਈ, ਤੇ ਜਿਨ੍ਹਾਂ ਨੂੰ ਭਾਈ ਆਫ ਰੋਡਿੰਗ ਦਾ ਸ਼ੌਕ ਹੈ ਤੇ ਯਾਰਾਂ ਦੋਸਤਾਂ ਦੇ ਵਿੱਚ ਇਹ ਚੀਜ਼ ਵੀ ਤੁਸੀਂ ਖੁੱਲ੍ਹ ਕੇ ਕਹਿ ਸਕਦੇ ਹੋ ਭਾਈ ਇਹ ਇੱਕ ਵੱਡੇ ਕ੍ਰਿਕਟਰ ਦੀ ਗੱਡੀ ਹੈ। ਕਈ ਸਾਡੇ ਮਿੱਤਰ ਹੁੰਦੇ ਆ ਵੀ ਹਨਾ, ਉਹਨਾਂ ਨੂੰ ਪਿੱਕਾ ਬਹੁਤ ਪਸੰਦ ਆ ਵੀ ਹਨਾ ਵੀ ਆਪਾਂ ਲੈਣਾ ਆ, ਤੇ ਕਿਉਂਕਿ ਆਪਾਂ ਵੀ ਘੁੰਮਣ ਫਿਰਨ ਨੂੰ ਵੀ ਜਾ ਸਕਦੇ ਹਾਂ, ਨਾਲ ਆਪਾਂ ਐਡਵੈਂਚਰ ਕੋਈ ਕੰਮ ਕਰ ਰਹੇ ਹਾਂ ਉਹ ਵੀ ਹਨਾ ਈਜ਼ਲੀ ਆਪਣੇ ਕੋਲ ਪਿੱਛੇ ਹੁੰਦੀ ਹੈ ਸਪੇਸ। ਤੇ ਕੀ ਡੀਲ ਹੈ ਬਾਈ ਜੀ, ਤੇ ਕੀ ਕੁਛ ਇਹਦੇ ਚ ਸਪੈਸੀਫਿਕੇਸ਼ਨ ਹੈ, ਕਿੰਨੇ ਕੁ ਚੱਲੀ ਹੈ? 2019 ਮਾਡਲ। ਅੱਛਾ, ਫਸਟ ਓਨਰਸ਼ਿਪ। ਠੀਕ ਹੈ, 60,000 ਚੱਲਿਆ ਕੰਪਨੀ ਰਿਕਾਰਡ ਨਾਲ। ਈਸੀਯੂ ਦਾ ਡੀ ਮੈਕਸ ਪਿੱਕਾ। ਅੱਛਾ ਜੀ, ਫਸਟ ਓਨਰਸ਼ਿਪ ਕਾਰ ਹੈ ਜੀ। ਹਾਂ, ਆਲ ਓਰੀਜਨਲ ਗੱਡੀ ਹੈ। ਠੀਕ ਹੈ, ਸੀਟ ਕਵਰ, ਟੱਚ ਪਲੇਅਰ, ਪਿੱਛੇ ਬਾਕਸ ਵਗੈਰਾ ਸਾਰਾ ਕੁਝ, ਅਲਾਏ ਟਾਇਰ। ਅੱਛਾ ਜੀ, ਅਲਾਏ ਟਾਇਰ ਵੀ ਮੈਂ ਭਾਈ ਨੂੰ ਕਹੂੰਗਾ ਇੱਕ ਵਾਰੀ ਚੈੱਕ ਕਰਵਾ ਦਿਓ, ਵਧੀਆ ਅਲਾਏ ਟਾਇਰ ਲੱਗੇ ਹੋਏ ਆ। ਠੀਕ ਹੈ, ਤੇ ਮੋਹਾਲੀ ਦਾ ਨੰਬਰ ਹੈ? ਮੋਹਾਲੀ ਦਾ ਨੰਬਰ ਹੈ ਜੀ। ਠੀਕ ਹੈ ਜੀ, 18 ਇੰਚ ਦੇ ਅਲਾਏ ਟਾਇਰ ਵਧੀਆ ਲੱਗੇ ਹੋਏ ਨੇ ਕਾਰ ਨੂੰ। ਹਾਂ, ਔਰ ਸਭ ਤੋਂ ਵੱਡੀ ਗੱਲ ਹੈ ਜੀ, ਵਾਈਟ ਕਲਰ ਦੇ ਵਿੱਚ ਅਵੇਲੇਬਿਲਟੀ ਮਿਲਦੀ ਪਈ ਹੈ ਜੀ ਤੁਹਾਨੂੰ, ਤੇ ਬਹੁਤ ਜ਼ਬਰਦਸਤ ਇੰਜਨ ਹੁੰਦਾ। ਬਿਲਕੁਲ ਜੀ, ਬਿਲਕੁਲ ਬਿਲਕੁਲ। ਠੀਕ ਹੈ ਬਾਈ ਜੀ, ਇਹਦੇ ਤੇ ਕਿੰਨਾ ਕੁ ਡਾਊਨ ਪੇਮੈਂਟ ਮਿਨੀਮਮ ਜੇ? 2-2.5 ਲੱਖ ਰੁਪਈਆ ਜੀ। 2-2.5 ਲੱਖ ਲਿਆਓ, ਬਾਕੀ ਲੋਨ ਕਰਵਾਓ ਜੀ। ਜੀ BMW ਖੜੀ ਹੈ, ਤੇ ਜਿਹੜੇ ਲਗਜ਼ਰੀ ਕਾਰਸ ਹਨਾ ਵੀ ਸੁਪਨਾ ਦੇਖ ਰਹੇ ਆ ਲੈਣ ਦਾ, ਉਹ ਤੁਸੀਂ ਕਹਿ ਰਹੇ ਸੀ ਕਿ ਵੀ 2 ਲੱਖ ਰੁਪਈਆ ਲਗਜ਼ਰੀ ਕਾਰ ਦਾ ਵੀ ਸੁਪਨਾ ਪੂਰਾ ਕਰ ਦਾਂਗੇ ਭਾਈ, 2-2.5 ਲੱਖ ਰੁਪਈਆ ਲੈ ਗਏ, ਬਾਕੀ ਸਾਰਾ ਲੋਨ ਕਰਵਾ ਦਾਂਗੇ ਜੀ। ਤੇ BMW ਲੈ ਕੇ ਜਾਓ, BMW ਲੈ ਜਾਓ। ਕਿੰਨਾ ਇਹ, ਕਿਹੜਾ ਮਾਡਲ ਹੈ? ਇਹ 2011 ਮਾਡਲ ਹੈ ਜੀ, ਫਸਟ ਓਨਰਸ਼ਿਪ ਹੈ। ਅੱਛਾ ਜੀ, 52,000 ਚੱਲੀ ਹੈ, ਵਿਦ ਰਿਕਾਰਡ ਚੱਲੀ ਕਾਰ ਹੈ। ਠੀਕ ਹੈ ਜੀ, ਤੇ ਇਹ ਗੱਡੀ ਮੈਂ ਤੁਹਾਨੂੰ ਵਧੀਆ ਰੇਟ ਦੇ ਵਿੱਚ ਦੇ ਦਾਂਗਾ, ਤੁਸੀਂ ਸਾਨੂੰ ਜਿਹੜਾ ਕਾਲ ਨੰਬਰ ਦੇ ਰਹੇ ਹੋ ਉਹਦੇ ਤੇ ਕਾਲ ਕਰੋ, 2 ਮਿੰਟ ਦੇ ਵਿੱਚ ਰੇਟ ਲਾਓ ਗੱਡੀ ਦਾ ਜੀ। ਤੇ ਜਿੱਦਾਂ ਕਿਹਾ ਕਿ 2.5 ਲੱਖ ਰੁਪਈਆ, 2-2.5 ਲੱਖ ਰੁਪਈਆ ਲੈ ਕੇ ਆਓ ਜੀ, BMW ਲੈ ਕੇ ਜਾਓ ਹਨਾ। ਉਸ ਤੋਂ ਬਾਅਦ ਇੱਕ ਹੋਰ BMW ਖੜੀ ਹੈ, ਇਹ 2012 ਮਾਡਲ, 520 ਹੈ ਜੀ, ਉਹ 525 ਸੀਗੀ। ਅੱਛਾ ਜੀ, ਇਹ 525 ਹੈ, 520 ਆ। ਹਾਂ, ਤੇ ਇਹ ਵੀ ਤੁਹਾਨੂੰ ਵਧੀਆ ਰੇਟ ਦੇ ਵਿੱਚ ਕਾਰ ਦੇ ਦੇਵਾਂਗੇ ਜੀ। ਅੱਛਾ ਜੀ, ਤੁਸੀਂ ਕਾਲ ਕਰੋ। ਹਾਂ, 3 ਲੱਖ ਰੁਪਏ, 2.5 ਲੱਖ ਰੁਪਏ, 2 ਲੱਖ ਰੁਪਏ ਜੋ ਵੀ ਤੁਹਾਡੇ ਕੋਲ ਤੁਸੀਂ ਲੈ ਆਓ, ਹਾਂ ਤੁਹਾਨੂੰ ਕਾਰ ਦੇ ਦਾਂਗੇ। 2 ਲੱਖ ਰੁਪਈਆ ਲੈ ਕੇ ਆਓ, 2 BMW ਖੜੀਆਂ ਨੇ, 4 ਲੱਖ ਲਿਆਓ ਤੇ ਇੱਕ ਇੱਕ ਕੇਸ ਕਰਾ ਕੇ ਆਪਣਾ ਹਨਾ ਤੁਸੀਂ ਲੈ ਕੇ। ਬਿਲਕੁਲ ਭਾਜੀ। ਉਸ ਤੋਂ ਬਾਅਦ ਬਾਈ ਜੀ, ਆਪਣੇ ਕੋਲ ਵਰਨਾ ਦੇ ਵਿੱਚ 2 ਆਪਸ਼ਨ ਖੜੀਆਂ ਨੇ, ਇੱਕ ਬਲੈਕ ਦੇ ਵਿੱਚ ਖੜੀ ਹੈ, ਬਹੁਤ ਸੋਹਣੇ ਅਲੋਏ ਪਏ ਆ, ਤੇ ਇੱਕ ਆਪਣੇ ਕੋਲ ਵਾਈਟ ਦੇ ਵਿੱਚ ਖੜੀ ਹੈ। ਸਟਾਰਟਿੰਗ ਭਾਜੀ ਵਾਈਟ ਤੋਂ ਕਰਦੇ ਆ, ਤੇ ਕੀ ਡੀਲ ਹੈ ਬਾਈ? ਇਹ ਵਰਨਾ ਹੈਗੀ ਜੀ 2016 ਮਾਡਲ, ਫਸਟ ਓਨਰਸ਼ਿਪ, ਲੁਧਿਆਣਾ ਨੰਬਰ। ਅੱਛਾ ਜੀ, ਵਰਨਾ ਹੈਗੀ ਐਸ ਵੇਰੀਐਂਟ ਹੈ ਜੀ, ਇਹ ਵੀ ਵਧੀਆ ਰੇਟ ਦੇ ਵਿੱਚ ਕਾਰ ਦੇ ਦੇਵਾਂਗੇ। ਠੀਕ ਹੈ, 2-2.5 ਲੱਖ ਰੁਪਏ ਲੈ ਕੇ ਆਓ, ਬਾਕੀ ਇਹਦੇ ਤੇ ਵੀ ਲੋਨ ਕਰਵਾ ਲਓ ਜੀ। ਤੇ ਡੀਜ਼ਲ ਦੇ ਵਿੱਚ ਅਵੇਲੇਬਲ? ਡੀਜ਼ਲ ਦੇ ਵਿੱਚ ਅਵੇਲੇਬਲ ਹੈ ਜੀ। ਠੀਕ ਹੈ, ਮੈਨੂਅਲ ਹੈ ਭਾਜੀ ਇਹ? ਹਾਂਜੀ, ਮੈਨੂਅਲ ਜੀ, ਮੈਨੂਅਲ। ਓਕੇ, ਉਸ ਤੋਂ ਬਾਅਦ ਭਾਜੀ ਬਲੈਕ ਬਿਊਟੀ ਵਰਨਾ ਦੀ, ਤੇ ਕੀ ਡੀਲ ਹੈ ਭਾਜੀ? ਤੇ ਡੀਜ਼ਲ ਦੇ ਤੇ ਭਾਜੀ ਤੁਸੀਂ ਅਲਾਈ ਵੀਲ ਚੈੱਕ ਕਰਵਾਓ, ਬਹੁਤ ਸੋਹਣੇ ਅਲਾਈ ਵੀਲ ਲੱਗੇ ਆ, 2018 ਮਾਡਲ ਹੈ। ਠੀਕ ਹੈ, SX ਆਪਸ਼ਨਲ ਮਾਡਲ ਹੈ, ਜਿਹਦੇ ਚ ਵੈਂਟੀਲੇਟਰ ਸੀਟਾਂ ਆਉਂਦੀਆਂ। ਅੱਛਾ ਜੀ, ਫਸਟ ਓਨਰਸ਼ਿਪ ਕਾਰ ਹੈ, ਲੋਕਲ ਪੰਜਾਬ ਦਾ ਨੰਬਰ ਆ। ਠੀਕ ਹੈ, ਇਹ ਵੀ ਤੁਹਾਨੂੰ ਬਹੁਤ ਵਧੀਆ ਰੇਟ ਚ ਕਾਰ ਦੇ ਦੇਵਾਂਗੇ, ਤੁਸੀਂ ਕਾਲ ਕਰੋ ਤੇ ਆਪਣਾ ਰੇਟ ਲਓ ਕਾਰ ਦਾ, ਸਕਰੀਨਸ਼ਾਟ ਭੇਜੋ WhatsApp ਦੇ ਉੱਤੇ, ਤੇ ਆਪਣਾ ਤੁਸੀਂ ਰੇਟ ਲਓ ਗੱਡੀ ਦਾ। ਤੇ ਕਿਉਂਕਿ ਬਲੈਕ ਕਲਰ ਦੇ ਵਿੱਚ ਹੈ ਤਾਂ ਭਾਜੀ ਹਨਾ ਹੌਟ ਸੈਲਿੰਗ ਕੇਕ ਹੈ। ਉਸ ਤੋਂ ਬਾਅਦ ਭਾਜੀ ਹੁੰਡਾਈ ਦਾ ਤੁਸੀਂ ਕਹਿ ਰਹੇ ਸੀਗੇ ਤੁਹਾਡੇ ਕੋਲ ਹੋਰ ਵੀ ਹਨਾ ਆਪਸ਼ਨ, ਹੁੰਡਾਈ ਦੇ ਵਿੱਚ ਵੀ ਬਹੁਤ ਵਧੀਆ ਖੜੀ ਹੈ, ਇੱਕ ਤੁਹਾਨੂੰ ਪਹਿਲਾਂ ਬਲੈਕ Kia ਦਿਖਾਉਂਦੇ ਆ ਜੀ। ਅੱਛਾ ਜੀ, 2000 ਤੇ Kia ਦੀ ਸੈਲਟੋਸ ਜੀ, Kia ਸੈਲਟੋਸ। ਠੀਕ ਹੈ, 2022 ਮਾਡਲ ਜੀ। ਭਾਜੀ ਲੰਬੀ ਖਾਸੀ ਹੈ ਨਾ ਬੁਕਿੰਗ, ਬਹੁਤ ਲੰਬੀ ਵੇਟਿੰਗ ਤਗੜੀ ਚੱਲ ਰਹੀ ਹੈ, ਬਹੁਤ ਲੰਬੀ ਵੇਟਿੰਗ। ਤੇ ਬਲੈਕ ਕਲਰ ਦੇ ਵਿੱਚ ਖੜੀ ਹੈ ਭਾਜੀ ਹਾਂਜੀ, Kia ਦੀ ਸੈਲਟੋਸ HTX ਵੇਰੀਐਂਟ ਹੈ ਜੀ, ਟਾਪ ਐਂਡ ਮਾਡਲ ਵਾਲਾ। ਅੱਛਾ ਜੀ, ਫਸਟ ਓਨਰਸ਼ਿਪ ਹੈ। ਠੀਕ ਹੈ, 38,000 ਚੱਲੀ ਕਾਰ ਹੈ, ਵਿਦ ਰਿਕਾਰਡ ਚੱਲੀ ਗੱਡੀ ਹੈ। ਅੱਛਾ, ਬੰਪਰ ਟੂ ਬੰਪਰ ਸਾਰੀ ਓਰੀਜਨਲ ਕਾਰ ਹੈ ਜੀ। ਠੀਕ ਹੈ, ਸਨਰੂਫ ਆਪਸ਼ਨ, ਸਨਰੂਫ ਆਪਸ਼ਨ ਸਾਰਾ ਕੁਝ ਆਉਂਦਾ ਜੀ ਇਹਦੇ ਵਿੱਚ, HID ਪ੍ਰੋਜੈਕਟਰ ਲਾਈਟਾਂ ਆਉਂਦੀਆਂ ਜੀ। ਅੱਛਾ ਜੀ ਜੀ, ਲੋਕਲ ਪੰਜਾਬ ਨੰਬਰ, ਫਸਟ ਓਨਰਸ਼ਿਪ। ਤੇ ਚੱਲੀ ਕਿੰਨੇ ਦੱਸੀ? 38,000 ਚੱਲੀ ਜੀ, ਵਿਦ ਰਿਕਾਰਡ 38,000, ਡਾਕੂਮੈਂਟੇਸ਼ਨ ਦੀ ਸਾਰਾ ਕੁਝ ਅਵੇਲੇਬਲ ਮਿਲੇਗਾ ਜੀ, ਗੱਡੀ ਟ੍ਰਾਂਸਫਰ ਕਰਵਾ ਕੇ ਦੇਵਾਂਗੇ ਤੁਹਾਡੇ ਨਾਮ ਤੇ। ਠੀਕ ਹੈ ਜੀ, ਤੇ ਬਾਈ ਜੀ ਇਹਦੇ ਤੇ ਕਿੰਨਾ ਕੁ ਡਾਊਨ ਪੇਮੈਂਟ ਤੇ ਹੋ ਸਕਦਾ? 4 ਲੱਖ ਰੁਪਏ ਲਿਓ, 5 ਲੱਖ ਰੁਪਏ, ਬਾਕੀ ਲੋਨ ਕਰਾ ਦਾਂਗੇ। ਹੁੰਡਾਈ ਦੀ ਵੈਨਿਊ ਖੜੀ ਹੈ, ਤੇ ਮਾਈਲੇਜ ਪੱਖੋਂ ਗੱਡੀ ਸੋਹਣੀ ਹੁੰਦੀ ਹੈ ਇਹ ਹਨਾ। 2020 ਮਾਡਲ ਹੈ, ਐਸ ਪੈਟਰੋਲ। ਠੀਕ ਹੈ ਜੀ, ਇਹ ਵੀ ਗੱਡੀ ਸਿਰਫ 40,000 ਚੱਲੀ ਹੈ, ਵਿਦ ਰਿਕਾਰਡ ਚੱਲੀ ਕਾਰ ਆ। ਅੱਛਾ ਜੀ, ਆਲ ਓਰੀਜਨਲ, ਬੰਪਰ ਟੂ ਬੰਪਰ, ਜਲੰਧਰ ਦਾ ਨੰਬਰ ਹੈ, ਜਲੰਧਰ ਦਾ ਨੰਬਰ, ਫਸਟ ਓਨਰਸ਼ਿਪ ਕਾਰ ਹੈ ਜੀ। ਠੀਕ ਹੈ ਜੀ, ਤੇ ਲੋਨ ਵਗੈਰਾ ਈਜ਼ਲੀ ਇਹਦੇ ਤੇ ਵੀ ਬਿਲਕੁਲ ਹੋ ਜਾਏਗਾ, ਕਰਵਾ ਦਾਂਗੇ। ਜਿੱਦਾਂ ਕੀ ਸਪੈਸੀਫਿਕੇਸ਼ਨ ਭਾਜੀ ਹੁੰਡਾਈ ਦੀ? 2018 ਮਾਡਲ, ਫਸਟ ਓਨਰਸ਼ਿਪ ਕਾਰ ਹੈ ਜੀ। ਠੀਕ ਹੈ, 80,000 ਚੱਲੀ ਹੈ, SX ਪਲੱਸ ਆਟੋਮੈਟਿਕ ਵੇਰੀਐਂਟ ਹੈ। ਠੀਕ ਹੈ ਜੀ, ਲੁਧਿਆਣੇ ਦਾ ਨੰਬਰ ਹੈ, ਲੁਧਿਆਣੇ ਦਾ ਨੰਬਰ ਹੈ। 2.5-3 ਲੱਖ ਰੁਪਏ ਲਿਆਓ, ਗੱਡੀ ਲੈ ਜਾਓ, ਬਾਕੀ ਲੋਨ ਡੀਜ਼ਲ ਦੇ ਉੱਤੇ ਖੜੀ ਹੈ, ਡੀਜ਼ਲ ਦੇ ਉੱਤੇ ਹੈ ਜੀ ਡੀਜ਼ਲ। ਠੀਕ ਹੈ, ਉਸ ਤੋਂ ਬਾਅਦ ਭਾਜੀ ਇੱਕ ਹੋਰ ਕਰੈਕਟਾ ਖੜੀ ਹੈ, ਇਹ ਵੀ 2018 ਮਾਡਲ ਹੈ, 1.4। ਠੀਕ ਹੈ ਜੀ, ਐਸ
ਠੀਕ ਹੈ 2017 ਮਾਡਲ ਤੇ ਇੰਜਨ ਵੀ ਭਜੀ ਦਾ ਬਿਲਕੁਲ ਸਿੰਗਲ ਓਨਰਸ਼ਿਪ ਹੈ ਠੀਕ ਹੈ ਜੀ ਔਰ ਸਭ ਤੋਂ ਪਲੱਸ ਪੁਆਇੰਟ ਇਹਦੇ ਵਿੱਚ ਆਟੋਮੈਟਿਕ ਹੈ ਜੀ ਅੱਛਾ ਉਸ ਤੋਂ ਵੀ ਪਲੱਸ ਪੁਆਇੰਟ 40,000 ਚੱਲੀ ਸਿਰਫ ਕਾਰ ਸਿਰਫ 40,000 ਚੱਲੀ ਹੈ 40,000 ਕਿੰਨਾ ਮਾਡਲ ਹੈ ਭਾਜੀ 2017 ਮਾਡਲ ਆਟੋਮੈਟਿਕ ਹਾਈ ਲਾਈਨ ਮਾਡਲ ਟਾਪ ਐਂਡ ਮਾਡਲ ਠੀਕ ਹੈ ਜੀ ਬਿਲਕੁਲ ਨੈਕਸਟ ਟੂ ਸ਼ੋਰੂਮ ਕਾਰ ਹੈ ਜੀ ਠੀਕ ਹੈ ਤੇ ਇਹਦੇ ਤੇ ਵੀ ਲੋਨ ਵਗੈਰਾ ਪ੍ਰੋਪਰ ਹੋ ਜਾਏਗਾ ਲੋਨ ਬਿਲਕੁਲ ਹੋ ਜਾਏਗਾ ਜੀ ਬਲੈਨੋ ਤੇ ਇਹ ਬਲੈਨੋ ਹੈਗੀ ਜੀ 2000 ਪੱਖੋਂ ਬਹੁਤ ਘੈਂਟ ਗੱਡੀ ਸੁਪਰ 2016 ਮਾਡਲ ਠੀਕ ਹੈ ਜੀ ਨੈਕਸਾ ਬਲੂ ਕਲਰ ਹੈ ਤੇ ਡੀਜ਼ਲ ਤੇ ਪੈਟਰੋਲ ਤੇ ਡੀਜ਼ਲ ਹੈ ਜੀ ਓਕੇ ਔਰ ਇਹ ਜਿਹੜਾ ਵੀ ਵਿਊਅਰ ਇਹਨੂੰ ਕਾਲ ਕਰੇਗਾ ਹਾਂ ਬਹੁਤ ਹੀ ਵਧੀਆ ਰੇਟ ਦੇ ਵਿੱਚ ਕਾਰ ਦੇ ਦਾਂਗਾ ਲੋਕਲ ਨੰਬਰ ਕਾਰ ਹੈ ਠੀਕ ਹੈ ਜੀ ਪੁਸ਼ ਬਟਨ ਸਟਾਰਟ ਗ੍ਰੀਨ ਮਿਰਰ ਵਾਲੀ ਹਾਂ ਟਾਪ ਐਂਡ ਵੇਰੀਐਂਟ ਅਲਾਈ ਟਾਇਰ ਲੱਗਿਆ ਵਧੀਆ ਗੱਡੀ ਹੈ ਜੀ 2016 ਮਾਡਲ 2016 ਮਾਡਲ ਓਨਰ ਕਿਹੜਾ ਭਾਜੀ ਓਨਰ ਸੈਕੰਡ ਓਨਰ ਸੈਕੰਡ ਹੈ ਉਸ ਤੋਂ ਬਾਅਦ ਭਾਜੀ ਆਪਾਂ ਦਿਖਾਉਂਦੇ ਹਾਂ ਹਨਾ ਜਿਨ੍ਹਾਂ ਦੇ ਭਰਾਵਾਂ ਨੇ ਸਾਡੇ ਹਨਾ ਵੀ ਸਿਡਾਨ ਦੇ ਵਿੱਚ ਗੱਡੀ ਲੈਣੀ ਹੈ ਸਿਡਾਨ ਦੇ ਵਿੱਚ ਦੋ ਸਿਆਜ ਖੜੀਆਂ ਜੀ ਮੇਰੇ ਕੋਲ ਮਾਈਲੇਜ ਪੱਖੋਂ ਤੇ ਬਾਈ ਹਨਾ ਸਿਆਜ ਬਹੁਤ ਵਧੀਆ ਰਹੀ ਸੀ ਤੇ ਲੁੱਕ ਵਾਈਜ਼ ਵੀ ਬਹੁਤ ਸੋਹਣੀ ਗੱਡੀ ਇਹ ਰਹੀ ਸੀਗੀ ਤੇ ਦੋ ਖੜੀਆਂ ਨੇ ਇੱਕ ਵਾਈਟ ਦੇ ਵਿੱਚ ਖੜੀ ਹੈ ਠੀਕ ਹੈ ਦੋਨੋਂ ਸਿਆਜਾਂ ਖੜੀਆਂ ਜੀ ਇੱਕ ਨਵੀਂ ਸ਼ੇਪ ਹੈ ਇੱਕ ਪੁਰਾਣੀ ਸ਼ੇਪ ਹੈ ਠੀਕ ਹੈ ਭਾਈ ਜੀ ਆਪਾਂ ਸ਼ੁਰੂਆਤ ਕਰਦੇ ਹਾਂ ਭਾਈ ਵਾਈਟ ਇਹ ਪੁਰਾਣੀ ਸ਼ੇਪ ਜੀ ਵਾਈਟ ਕਲਰ 2017 ਮਾਡਲ ਠੀਕ ਹੈ ਜੀ ਸਿੰਗਲ ਓਨਰਸ਼ਿਪ ਲੁਧਿਆਣਾ ਨੰਬਰ ਤੇ ਇਹਦੇ ਲਈ ਵੀ ਤੁਸੀਂ 2,00,000 ਰੁਪਇਆ ਲਿਓ ਬਾਕੀ ਸਾਰਾ ਲੋਨ ਕਰਾ ਦੂੰਗਾ ਜੀ ਉਹ ਤੇ ਚੱਲੀ ਕਿੰਨੀ ਕੁ ਹੋਈ ਹੈ ਭਾਜੀ ਚੱਲੀ ਇਹ 80-90,000 ਦੀ ਰੇਂਜ ਚ ਚੱਲੀ ਕਰ 80-90,000 ਦੇ ਰੇਂਜ ਦੇ ਵਿੱਚ ਚੱਲੀ ਹੈ ਤੇ ਭਾਜੀ ਹਨਾ ਇਹ ਨਵੀਂ ਸ਼ੇਪ ਸਿਆਜ ਹੈ ਜੀ 2018 ਮਾਡਲ ਠੀਕ ਹੈ ਸਿੰਗਲ ਓਨਰਸ਼ਿਪ ਹਾਂ ਤੇ ਇਹ ਵੀ ਗੱਡੀ ਤੁਹਾਨੂੰ ਵਧੀਆ ਰੇਟ ਦੇ ਵਿੱਚ ਦੇ ਦਾਂਗੇ ਕਿਸੇ ਟੈਕਸੀ ਵਾਲੇ ਭਰਾ ਨੂੰ ਵੀ ਗੱਡੀ ਚਾਹੀਦੀ ਹੋਵੇ ਉਹਨਾਂ ਲਈ ਵੀ ਬਹੁਤ ਵਧੀਆ ਕਾਰਾਂ ਐਵਰੇਜ ਬਹੁਤ ਕਾਰਾਂ ਦੀ ਮੈਨੂੰ ਲੱਗਦਾ ਭਾਜੀ 25+ ਦਾ ਐਵਰੇਜ ਜੀ ਬੜੇ ਆਰਾਮ ਨਾਲ 25+ ਐਵਰੇਜ ਦਿੰਦੀਆਂ ਕਾਰਾਂ ਜੀ ਤੇ ਕਿਉਂਕਿ ਤੇ ਲੁੱਕ ਵਾਈਜ਼ ਵੀ ਕੋਈ ਵੀ ਬੰਦਾ ਜਿਹਨੇ ਟੈਕਸੀ ਵਾਲੇ ਭਰਾ ਨੇ ਜਾਂ ਅਦਰ ਕਿਸੇ ਵੀ ਕਸਟਮਰ ਨੇ ਗੱਡੀ ਲੈਣੀ ਆ ਸਿਆਜ ਵਾਸਤੇ ਤੁਸੀਂ 2,00,000 ਰੁਪਏ ਲੈ ਕੇ ਉਹ ਬਾਕੀ ਸਾਰਾ ਲੋਨ ਕਰਾ ਦੋ ਲੋਨ ਹੋ ਜਾਊਗਾ ਬਾਕੀ ਸਾਰਾ ਤੇ ਇਹ 2000 ਕਿੰਨਾ ਮਾਡਲ ਹੈ ਇਹ 18 ਮਾਡਲ ਹੈ 2018 ਮਾਡਲ ਹੈ ਉਸ ਤੋਂ ਬਾਅਦ ਭਾਜੀ ਹਨਾ ਆਪਾਂ ਸ਼ਿਫਟ ਕਰਦੇ ਆ ਹੁੰਡਾਈ ਦੇ ਹੋਰ ਵੀ ਪ੍ਰੋਡਕਟ ਖੜੇ ਆ ਤੇ ਇਹ ਸਭ ਤੋਂ ਪਹਿਲਾਂ ਭਾਜੀ i20 ਇਹ ਵੀ i20 ਇੱਕ ਬਹੁਤ ਵਧੀਆ ਕਾਰ ਆ ਠੀਕ ਹੈ 2011 ਮਾਡਲ ਆ ਠੀਕ ਹੈ ਜੀ 35,000 ਵਿਦ ਰਿਕਾਰਡ ਚੱਲੀ 11 ਮਾਡਲ 35,000 ਆਪਾਂ ਇਹ ਚੈੱਕ ਕਰਾ ਸਕਦੇ ਹਾਂ ਬਿਲਕੁਲ ਚੈੱਕ ਕਰਾ ਸਕਦੇ ਜੀ ਤੁਸੀਂ ਇਹਦੇ ਟਾਇਰਾਂ ਦੇ ਨਿਗਾਹ ਮਰਵਾ ਦਿਓ ਟਾਇਰ ਅਜੇ ਤੱਕ ਨਾਲ ਦੇ ਆ ਜੀ ਗੱਡੀ ਦੇ ਅੱਛਾ ਜੀ ਟਾਇਰ ਵੀ ਨਹੀਂ ਚੇਂਜ ਹੋਏ ਕਾਰ ਦੇ 35,000 ਚੱਲੀ ਸਿਰਫ 35,000 ਔਰ ਡੀਜ਼ਲ ਵੇਰੀਐਂਟ ਹੈ ਜੀ ਤੇ ਇਹਦੇ ਤੇ ਭਾਜੀ ਲੋਨ ਵਗੈਰਾ ਹੋ ਸਕਦਾ ਹਾਂਜੀ ਹਾਂਜੀ ਲੋਨ ਕਿਸੇ ਵੀ ਕਾਰ ਤੇ ਕਰਵਾ ਦਾਂਗੇ ਤੇ ਓਨਰ ਫਸਟ ਹੀ ਹੈ ਫਸਟ ਓਨਰ ਆਲ ਓਰੀਜਨਲ ਬੰਪਰ ਟੂ ਬੰਪਰ ਓਰੀਜਨਲ ਕਾਰ ਖੜੀ ਹੈ ਜੀ ਠੀਕ ਹੈ ਜੀ ਤੇ ਇਹਦੇ ਇਹਦਾ ਕਿੰਨਾ ਕ ਆਈਡੀਆ ਲੈ ਕੇ ਚੱਲੀਏ ਆਪਾਂ 1,25,000 ਰੁਪਏ ਲਿਓ ਜੀ ਬਾਕੀ ਲੋਨ ਕਰ ਦਾਂਗੇ ਬਾਕੀ ਲੋਨ ਹੋ ਜਾਊਗਾ ਉਸ ਤੋਂ ਬਾਅਦ ਇੱਕ ਹੋਰ ਤੁਹਾਡੇ ਕੋਲ i20 ਖੜੀ ਹੈ 2017 ਮਾਡਲ ਮੈਗਨਾ ਮਾਡਲ ਹੈ ਜੀ ਠੀਕ ਹੈ ਤੇ ਇਹ ਵੀ ਡੀਜ਼ਲ ਵੇਰੀਐਂਟ ਦੇ ਵਿੱਚ ਆ ਲੋਕਲ ਪੰਜਾਬ ਨੰਬਰ ਆ ਠੀਕ ਹੈ ਤੇ ਇੱਕ ਚੀਜ਼ ਇਹ ਵੀ ਵਧੀਆ ਹੋ ਜਾਂਦੀ ਹੈ ਭਾਜੀ ਕਿ ਡੀਜ਼ਲ ਦੇ ਵਿੱਚ i20 ਹੁਣ ਡਿਸਕੰਟੀਨਿਊ ਹੋ ਗਈ ਹੈ ਜੀ 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 ਤੇ ਉਸ ਤੋਂ ਬਾਅਦ ਭਾਜੀ ਕਿੰਨਾ ਔਰ ਡਿਸਕੰਟੀਨਿਊ ਤੋਂ ਬਾਅਦ ਭਾਜੀ ਨਵੀਂ ਸ਼ੇਪ ਨਾਲੋਂ ਜ਼ਿਆਦਾ ਹੱਲੇ ਵੀ ਡਿਮਾਂਡ ਦੇ ਵਿੱਚ ਓਲਡ ਸ਼ੇਪ ਦੀ ਲੁੱਕ ਜ਼ਿਆਦਾ ਹਨਾ ਲੋਕਾਂ ਨੇ ਪਸੰਦ ਕੀਤੀ ਸੀ ਤੇ ਭਾਜੀ ਕੀ ਇਹਦੇ ਤੇ ਕੀ ਸਪੈਸੀਫਿਕੇਸ਼ਨ ਹੈ ਭਾਈ 17 ਮਾਡਲ ਫਸਟ ਓਨਰਸ਼ਿਪ ਟਾਇਰ ਵਧੀਆ ਲੱਗੇ ਹੋਏ ਆ ਕਾਰ ਦੇ ਤੇ ਲੋਕਲ ਨੰਬਰ ਹੈ ਜੀ ਠੀਕ ਹੈ ਤੇ ਗੱਡੀ 60,000 ਚੱਲੀ ਵਿਦ ਰਿਕਾਰਡ 60,000 ਚੱਲੀ ਆ ਉਸ ਤੋਂ ਬਾਅਦ ਭਾਜੀ ਬਲੈਕ ਬਿਊਟੀ ਇਹ 2020 ਹੈ ਤੁਹਾਡੇ ਕੋਲ 15 ਮਾਡਲ ਹੈ ਜੀ ਬਲੈਕ ਕਲਰ ਹੈ ਠੀਕ ਹੈ ਸਪੋਰਟਸ ਮਾਡਲ ਹੈ ਜੀ ਠੀਕ ਹੈ ਤੇ ਇਹ ਵੀ ਗੱਡੀ 52,000 ਚੱਲੀ ਹੈ ਜੀ ਤੇ ਉਸ ਤੋਂ ਬਾਅਦ ਭਾਜੀ ਜਿਨ੍ਹਾਂ ਨੇ ਹਨਾ ਚੰਗੀ ਮਾਈਲੇਜ ਲੈਣੀ ਹੈ ਛੋਟੀ ਗੱਡੀ ਰੱਖਣੀ ਹੈ ਤੇ ਉਹਨਾਂ ਦੇ ਲਈ ਬਈ ਹੈ ਕਾਫੀ ਵਧੀਆ ਇੱਕ ਆਪਸ਼ਨ ਹੋ ਜੂਗੀ ਤੇ ਲੁਧਿਆਣੇ ਦਾ ਨੰਬਰ ਇਟਿਓਸ ਲੀਵਾ ਲੁਧਿਆਣਾ ਨੰਬਰ ਫਸਟ ਓਨਰਸ਼ਿਪ ਠੀਕ ਹੈ ਇਹ ਵੀ ਗੱਡੀ 80-85,000 ਚੱਲੀ ਹੈ ਟੱਚ ਪਲੇਅਰ ਲੱਗਾ ਹੋਇਆ ਜੀ ਅੰਦਰ ਹਾਂ ਤੇ ਬਿਲਕੁਲ ਨਵੀਂ ਕਾਰ ਹੈ ਜੀ ਲੀਵਾ ਤਾਂ ਤੁਹਾਨੂੰ ਪਤਾ ਔਨ ਡਿਮਾਂਡ ਹੀ ਰਹਿੰਦੀ ਹੈ ਜੀ ਬਹੁਤ ਘੱਟ ਮਿਲਦੀ ਹੈ ਇੱਕ ਚੀਜ਼ ਹੋਰ ਹੈ ਭਾਜੀ ਕਿ ਇਹਦੀ ਮੇਨਟੇਨੈਂਸ ਹਨਾ ਜਮਾ ਹੀ ਘੱਟ ਹੈ ਜ਼ੀਰੋ ਭਾਈ ਸਰਵਿਸ ਘੱਟ ਲੋ ਬਜਟ ਦੇ ਵਿੱਚ ਅਗਰ ਆਪਾਂ ਮੇਨਟੇਨੈਂਸ ਦੀ ਗੱਲ ਕਰੀਏ ਤੇ ਇਹ ਅਵੇਲੇਬਲ ਹੋ ਜਾਂਦੀ ਹੈ ਭਾਜੀ ਜੇ ਆਪਾਂ ਦੇਖੀਏ ਤੇ ਉਸ ਤੋਂ ਬਾਅਦ ਇਟਿਓਸ 2016 ਮਾਡਲ ਠੀਕ ਹੈ ਸਿੰਗਲ ਓਨਰਸ਼ਿਪ ਜਲੰਧਰ ਨੰਬਰ ਸੌਰੀ ਕਪੂਰਥਲਾ ਨੰਬਰ ਠੀਕ ਹੈ ਬਹੁਤ ਵਧੀਆ ਕਾਰ ਖੜੀ ਹੈ ਜੀ ਬਹੁਤ ਵਧੀਆ ਰੇਟ 'ਚ ਦੇ ਦਵਾਂਗੇ ਕਾਰ ਤੇ ਜਿਨ੍ਹਾਂ ਨੇ ਭਰਾਵਾਂ ਨੇ ਹਨਾ ਟੈਕਸੀ ਵਗੈਰਾ ਦਾ ਕੰਮ ਕਰਨਾ ਉਹਨਾਂ ਵਾਸਤੇ ਬਹੁਤ ਵਧੀਆ ਬਹੁਤ ਵਧੀਆ ਐਵਰੇਜ ਹੈ ਟੈਕਸੀ ਵਾਲਿਆਂ ਵਾਸਤੇ ਤਾਂ ਜੀ ਮੇਰੇ ਕੋਈ ਟਿਓਸ ਖੜੀ ਹੈ ਸਿਆਜਾਂ ਦੋਨੇ ਖੜੀਆਂ ਵਧੀਆ ਵਧੀਆ ਕਾਰਾਂ ਖੜੀਆਂ ਡਿਜ਼ਾਇਰਾਂ ਦੋ ਖੜੀਆਂ ਆ ਦੋਨੋਂ 14 ਮਾਡਲ ਡਿਜ਼ਾਇਰਾਂ ਖੜੀਆਂ ਤੁਸੀਂ ਕੈਮਰਾ ਇੱਕ ਵਾਰ ਦਿਖਾ ਦਿਓ ਦੋਨੋਂ 14 ਮਾਡਲ ਆ ਤੇ ਦੋਨੋਂ ਸੈਕੰਡ ਸੈਕੰਡ ਓਨਰ ਮੇਰੀਆਂ ਕਾਰਾਂ ਵੇਚੀਆਂ ਹੋਈਆਂ ਆ ਜਿਹਨੇ ਭਰਾ ਨੇ ਹਨਾ ਇਹ ਵੀ ਵਧੀਆ ਰੇਟ ਦੇ ਵਿੱਚ ਦੇ ਦੇਣਾ ਆ ਵਧੀਆ ਅਰਨਿੰਗ ਵੀ ਕਰਨੀ ਅੱਜ ਦੇ ਟਾਈਮ ਦੇ ਵਿੱਚ ਵਧੀਆ ਅਰਨਿੰਗ ਵੀ ਲੋਕਲ ਨੰਬਰ ਹੈ ਜੀ ਕਾਰਾਂ ਉਸ ਤੋਂ ਬਾਅਦ ਭਾਈ ਜੀ ਆਪਾਂ ਕਿਹੜੀ ਦਿਖਾਉਣ ਲੱਗੇ ਆ ਇਹ ਦੋਨੋਂ ਡਿਜ਼ਾਈਨਾਂ ਜੀ ਠੀਕ ਹੈ ਜੀ ਦੋਨੋਂ ਡਿਜ਼ਾਈਨਾਂ ਦਾ ਨਿਗਾਹ ਮਰਾ ਲਓ ਦੋਨੋਂ 14 ਮਾਡਲ ਆ ਠੀਕ ਹੈ ਜੀ ਤੇ ਕਿੰਨਾ ਕੁ ਚੱਲੀ ਹੈ ਉਹ 13 ਮਾਡਲ ਹੈ ਜੀ ਇਹ 14 ਮਾਡਲ ਹੈ ਸੌਰੀ ਅੱਛਾ 13 ਮਾਡਲ ਉਹ ਲੱਖ ਦੇ ਲੱਗੇ ਛੱਗੇ ਚੱਲੀ ਹੈ ਜੀ ਇਹ 80-85,000 ਚੱਲੀ 14 ਮਾਡਲ ਠੀਕ ਹੈ ਜੀ ਉਸ ਤੋਂ ਬਾਅਦ ਭਾਈ ਜੀ ਆਪਣੇ ਕੋਲ ਬ੍ਰੇਜ਼ਾ ਬਹੁਤ ਵਧੀਆ ਚੱਲੀ ਭਾਜੀ ਗੱਡੀ 2016 ਮਾਡਲ ਸਿੰਗਲ ਓਨਰਸ਼ਿਪ ਡੀਜ਼ਲ ਦੇ ਉੱਤੇ ਹੈ ਭਾਜੀ ਹਾਂਜੀ 68,000 ਚੱਲੀ ਹੈ ਜੀ ਜਲੰਧਰ ਦਾ ਨੰਬਰ ਫਸਟ ਓਨਰਸ਼ਿਪ ਹੈ
ਔਰ ਚੈੱਕ ਬੁੱਕ ਨਾਲ ਲੈ ਆਓ, ਤੁਹਾਨੂੰ ਗੱਡੀ ਦੇ ਕੇ ਹੀ ਭੇਜਾਂਗੇ। ਤੇ ਲੋਨ ਦਾ ਕਿੰਨਾ ਕੁ ਟਾਈਮ ਆਪਾਂ ਮੰਨ ਕੇ ਚੱਲੀਏ ਵੀ ਲੋਨ? ਵੈਸੇ ਤਾਂ ਭਾਈ 10 ਮਿੰਟ ਦੇ ਵਿੱਚ ਹੀ ਲੋਨ ਕਰਵਾ ਲਈਦਾ, ਜੇ ਤੁਹਾਡੇ ਡਾਕੂਮੈਂਟ ਵਧੀਆ ਆ, ਡਾਕੂਮੈਂਟੇਸ਼ਨ ਪੂਰੇ ਸਿਵਲ ਸਕੋਰ ਵਧੀਆ, 10 ਮਿੰਟ ਦੇ ਵਿੱਚ ਲੋਨ ਪਾਸ ਕਰਵਾ ਕੇ ਠੀਕ ਹੈ, ਸੇਮ ਡੇ ਤੁਹਾਨੂੰ ਗੱਡੀ ਦੇ ਕੇ ਭੇਜ ਦਵਾਂਗੇ। ਠੀਕ ਹੈ। ਅੱਛਾ ਮਨਦੀਪ ਭਾਈ, ਇੱਕ ਚੀਜ਼ ਹੋਰ ਦੱਸੋ ਕਿ ਐਗਜ਼ੈਕਟ ਲੋਕੇਸ਼ਨ ਕੀ ਪੈ ਜਾਂਦੀ ਹੈ? ਮੇਰੀ ਐਗਜ਼ੈਕਟ ਲੋਕੇਸ਼ਨ ਤਾਂ ਹੁੰਦਾ, ਲੇਕਿਨ ਐਗਜ਼ੈਕਟ ਕਿੱਥੇ ਪੈ? ਐਗਜ਼ੈਕਟ ਲੋਕੇਸ਼ਨ ਭਾਈ ਬਹੁਤ ਲੋਕਾਂ ਨੂੰ ਕਨਫਿਊਜ਼ਨ ਹੁੰਦੀ ਵੀ ਮੇਰਾ ਆਫਿਸ ਜਲੰਧਰ ਦੇ ਵਿੱਚ ਹੈ, ਮੇਰਾ ਆਫਿਸ ਭਾਈ ਨਕੋਦਰ ਸ਼ਹਿਰ ਦੇ ਵਿੱਚ ਹੈ ਜੀ। ਹਾਂ, ਤੁਸੀਂ ਜਦੋਂ ਜਲੰਧਰ ਤੋਂ ਨਕੋਦਰ ਵੱਲ ਨੂੰ ਆਉਂਦੇ ਹੋ, ਠੀਕ ਹੈ ਜੀ, ਨਕੋਦਰ ਦੇ ਐਂਟਰੈਂਸ ਦੇ ਉੱਤੇ ਹੀ ਮੇਰਾ ਆਫਿਸ ਆਉਂਦਾ ਹੈ। ਇਹ ਜਲੰਧਰ ਰੋਡ ਹੈ, ਮੈਂ ਰੋਹਨ ਨੂੰ ਕਹੂੰਗਾ ਮਾੜਾ ਹਨਾ ਦਿਖਾ ਦੇ, ਇਹ ਜਲੰਧਰੋਂ ਆਪਣੀ ਰੋਡ ਆ ਰਹੀ ਹੈ, ਮਲੜੀ ਗੇਟ ਦੇ ਬਿਲਕੁਲ ਸਾਹਮਣੇ ਮੇਰਾ ਆਫਿਸ ਹੈ ਜੀ। ਠੀਕ ਹੈ ਜੀ, ਤਾਰ ਸਿਟੀ 2 ਦੇ ਮੋਰੇ। ਠੀਕ ਹੈ ਜੀ। ਤੇ ਬਾਈ ਜੀ, ਆਪਾਂ ਗੂਗਲ ਮੈਪ ਤੇ ਵੀ ਲੋਕੇਸ਼ਨ ਲਾ ਕੇ ਮੈਪ ਦੇ ਉੱਤੇ ਤੁਸੀਂ ਲੋਕੇਸ਼ਨ ਚੈੱਕ ਕਰੋ ਸਾਡੀ, ਤੁਹਾਨੂੰ ਉਹਦੇ ਤੇ ਸ਼ੋ ਹੋ ਜਾਏਗੀ। ਬਾਕੀ ਜੇ ਤੁਸੀਂ ਸਾਡੀਆਂ ਨਵਾਂ ਅਪਡੇਟ ਵੀ ਸਟਾਕ ਲੈਣਾ ਆ, ਸਾਡੇ ਇੰਸਟਾਗ੍ਰਾਮ ਦੇ ਉੱਤੇ ਪੇਜ ਆ ਜੀ ਯੈਲੋ ਮੋਟਰ ਪ੍ਰਾਈਵੇਟ ਲਿਮਟਿਡ ਦੇ ਨਾਮ ਤੇ, ਠੀਕ ਹੈ, ਤੁਸੀਂ ਯੈਲੋ ਮੋਟਰ ਸਰਚ ਕਰੋ, ਤੁਹਾਨੂੰ ਉਹਦੇ ਤੇ ਸਾਡਾ ਪੇਜ ਆ ਜਾਏਗਾ ਜੀ। ਤੇ ਬਾਈ ਜੀ, ਬੈਸਟ ਟਾਈਮ ਆਫ ਵਿਜ਼ਿਟ ਕੀ ਹੋਊਗਾ? ਬੈਸਟ ਟਾਈਮ ਆਫ ਵਿਜ਼ਿਟ ਭਾਜੀ ਹੈਗੀ ਸਵੇਰੇ 9:30 ਤੋਂ ਸ਼ਾਮ ਦੇ 7 ਵਜੇ ਤੱਕ। ਠੀਕ ਹੈ, ਔਰ ਕਾਲਿੰਗ ਦੀ ਟਾਈਮਿੰਗ ਵੀ ਇਹੀ ਹੈ ਜੀ 9:30 ਤੋਂ 7 ਵਜੇ ਦੇ ਵਿੱਚ। ਠੀਕ ਹੈ, ਜਿਹੜੇ ਭਰਾ ਹਨਾ ਵੀ ਲੇਟ ਕਾਲ ਕਰਦੇ ਆ ਉਹ ਥੋੜਾ ਜਿਹਾ ਧਿਆਨ ਰੱਖਣ, ਜੇ ਕਿਸੇ ਵੀ ਭਰਾ ਨੇ ਗੱਡੀ ਲੈਣੀ ਆ, ਗੱਡੀ ਦੇਖਣੀ ਆ, ਗੱਡੀ ਕਾਲ ਕਰਨੀ, ਇਹਨਾਂ ਦੇ ਵਿੱਚੋਂ ਰੇਟ ਵੀ ਪਤਾ ਕਰਨਾ ਈਵਨ ਕੀ, ਉਹ ਵੀ ਸਾਨੂੰ 9:30 ਵਜੇ ਤੋਂ ਲੈ ਕੇ ਸਵੇਰ ਦੇ ਰਾਤ ਦੇ 7 ਵਜੇ ਤੱਕ, ਸ਼ਾਮ ਦੇ 7 ਵਜੇ ਤੱਕ ਸਾਨੂੰ ਕਾਲ ਕਰ ਸਕਦੇ, ਸਾਨੂੰ ਮੈਸੇਜ ਕਰ ਸਕਦੇ ਆ, ਅਸੀਂ ਉਹਨਾਂ ਨੂੰ ਆਪਣਾ ਐਗਜ਼ੈਕਟ ਰੇਟ ਦੱਸ ਦੇਵਾਂਗੇ। ਹਾਂ, ਕਿਉਂਕਿ ਆਫੀਸ਼ੀਅਲ ਟਾਈਮ ਹੈ, ਬਹੁਤ ਵਧੀਆ ਤਰੀਕੇ ਨਾਲ ਹੈ ਨਾ, ਬਿਲਕੁਲ। ਔਰ ਸੰਡੇ ਮੇਰਾ ਆਫਿਸ ਕਲੋਜ਼ ਹੁੰਦਾ ਜੀ, ਮੰਡੇ ਤੋਂ ਸੈਚਰਡੇ ਹੀ ਅਸੀਂ ਓਪਨ ਰਹਿੰਦੇ ਹਾਂ। ਮੰਡੇ ਤੋਂ ਸੈਚਰਡੇ ਆ ਕੇ ਵਿਜ਼ਿਟ ਇੱਥੇ ਕਰ ਸਕਦੇ ਹੋ, ਜਿਹੜੀ ਵੀ ਜਾਣਕਾਰੀ ਲੈ ਸਕਦੇ ਹੋ ਉਹ ਮਨਦੀਪ ਬਾਈ ਨਾਲ ਹੈ ਨਾ ਮਿਲ ਸਕਦੇ ਹੋ। ਬਹੁਤ ਬਹੁਤ ਸ਼ੁਕਰੀਆ ਮਨਦੀਪ ਬਾਈ, ਇਸੇ ਤਰੀਕੇ ਦੇ ਨਾਲ ਯੈਲੋ ਮੋਟਰ ਦੇ ਹੋਰ ਵੀ ਅਪਡੇਟ ਜਿਹੜੇ ਨੇ ਅਸੀਂ ਆਪਣੇ ਚੈਨਲ ਤੱਕ ਲੈ ਕੇ ਆਉਂਦੇ ਰਹਾਂਗੇ। ਗੱਡੀਆਂ ਦੇ ਹੋਰ ਵੀ ਵੀਡੀਓਜ਼ ਦੇਖਣ ਲਈ ਤੁਸੀਂ ਸਾਡੇ ਚੈਨਲ ਸਬਸਕ੍ਰਾਈਬ ਕਰ ਸਕਦੇ ਹੋ। ਜਿਹੜੇ ਤੁਹਾਡੇ ਮਿੱਤਰ ਭਰਾ ਨੇ ਗੱਡੀ ਲੈਣੀ ਹੈ, ਉਹਨਾਂ ਤੱਕ ਇਹ ਵੀਡੀਓ ਸ਼ੇਅਰ ਕਰ ਸਕਦੇ ਹੋ, ਕਮੈਂਟਾਂ ਦੇ ਵਿੱਚ ਵੀ ਆਪਣੀ رائے ਦੇ ਸਕਦੇ ਹੋ। ਬਹੁਤ ਬਹੁਤ ਸ਼ੁਕਰੀਆ।